ਪ੍ਰਭਜਤ ਕੌਰ ਮੈਂ ਬੱਚੇ ਦੇ ਨਾਲ ਇੰਟਰਵਿਊ ਲੈਣਾ ਚਾਹੁੰਦੀ ਹਾਂ ਤਾਂ ਕਿਸਾਨਾਂ ਦੇ ਬਾਰੇ ਦੱਸੋ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਅਸੀਂ ਬੜੇ ਪਿਆਰ ਨਾਲ ਕਹਿ ਰਹੇ ਹਾਂ ਮੋਦੀ ਜੀ ਤੁਹਾਨੂੰ ਵੀ ਪਲੀਜ਼ ਤੁਸੀਂ ਆਪਦੇ ਬਿੱਲ ਵਾਪਸ ਲੈ ਲਓ ਪਰ ਤੁਸੀਂ ਹੁਣ ਮੰਨ ਨਹੀਂ ਰਹੇ ਸੀ ਅਸੀਂ 100 ਵਾਰ ਕਹਿਤਾ 100 ਤੋਂ ਵੀ ਉੱਤੇ ਲੈ ਕੇ ਕਹਿਤਾ ਅਸੀਂ ਵੀ ਬਿੱਲ ਵਾਪਸ ਕਰ ਲਓ ਜੀ ਤੁਸੀਂ ਮੰਨ ਨਹੀਂ ਰਹੇ ਤਾਂ ਕਰਕੇ ਸਾਰੇ ਹਿੰਦੁਸਤਾਨ ਬੱਚੇ ਬੱਚੇ ਨੂੰ ਜਾਣਾ ਪੈ ਗਿਆ ਜੀ ਹਜੇ ਵੀ ਜੇ ਮੰਨ ਨਹੀਂ ਰਹੇ ਨਾ ਬਹੁਤ ਜ਼ਿਆਦਾ ਤੁਹਾਡਾ ਹੁਣ ਦੇਖੋ ਸਹੀ ਤੇ ਹੁਣ ਦੇਖੋ ਤੁਸੀਂ ਕਹਿਤਾ ਵੀ ਅਸੀਂ ਜਿਹੜੇ ਬਿੱਲ ਬਣਾਏ ਅਸੀਂ ਇਹਨਾਂ ਦੇ ਹੱਕ ਲਈ ਬਣਾਏ ਨੇ ਕਿਸਾਨਾਂ ਭਾਈਆਂ ਨਾਲ ਕਿਸਾਨ ਭਾਈਆਂ ਦੇ ਹੱਕ ਲਈ ਬਣਾਏ ਨੇ ਤੇ ਜੇ ਹੱਕ ਲਈ ਬਣਾਏ ਹੁੰਦੇ ਇੱਕ ਕਿਸਾਨ ਦੋ ਕਿਸਾਨ ਇਹ ਦੋ ਕਿਸਾਨ ਝੂਠੇ ਹੋ ਸਕਦੇ ਸੀ ਪਰ ਹੁਣ ਤਾਂ ਪੂਰਾ ਹਿੰਦੁਸਤਾਨ ਹੈ ਜੇ ਬੱਚਾ ਬੱਚਾ ਇੱਥੇ ਛੋਟਾ ਛੋਟਾ ਬੱਚਾ ਤੱਕ ਆ ਗਿਆ ਜੀ ਹੁਣ ਤਾਂ ਹਜੇ ਵੀ ਤੁਹਾਨੂੰ ਯਕੀਨ ਨਹੀਂ ਹੁੰਦਾ ਤੁਹਾਨੂੰ ਆਏ ਲੱਗ ਰਿਹਾ ਤੇ ਹੁਣ ਦੇਖੋ ਤੁਸੀਂ ਕਹਿਤਾ ਵੀ ਇਹ ਹੈਗਾ ਇਸ ਕਿਸਾਨ ਭਾਈਆਂ ਦੇ ਹੱਕ ਲਈ ਆ ਤੇ ਜੇ ਹੁਣ ਇਹ ਸਾਰੇ ਕਹਿ ਰਹੇ ਨੇ ਵੀ ਤੁਸੀਂ ਬਿੱਲ ਵਾਪਸ ਲੈ ਲਓ ਇਹ ਸਾਡੇ ਹੱਕ ਲਈ ਆ ਇਹ ਬਹੁਤ ਬਹੁਤ ਵਧੀਆ ਗੱਲ ਹੋ ਜੂ ਪਲੀਜ਼ ਇਹ ਬਿੱਲ ਵਾਪਸ ਕਰ ਲਓ ਜੀ ਤੇ ਫਿਰ ਤੁਸੀਂ